ਟਾਈਮ ਹੋਇਆ ਵਾ 12:35 ਚੜ੍ਹਦੀ ਜਾਣ ਦੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹਰ ਸਾਲ ਆਪਾਂ ਮੇਰੀ ਛੋਟੀ ਭੈਣ ਦੇ ਕੋਲ ਕੁਛ ਨਾ ਕੁਛ ਲੈ ਕੇ ਗਿਫਟ ਵਗੈਰਾ ਜਾਈਦਾ ਆ ਆਹ ਮਹੀਨਾ ਲੋਹੜੀ ਦਾ ਹੁੰਦਾ ਆ ਤੇ ਐਰਕੇ ਅਸੀਂ ਲੇਟ ਹੋ ਗਏ ਕੁਛ ਆਇਆ ਨੀ ਗਿਆ ਕਿਉਂਕਿ ਤੇ ਕੁਛ ਆਉਣ ਜਾਣ ਵੀ ਵਾਹਵਾ ਹੀ ਹੈਗਾ ਸੀਗਾ ਇੱਧਰ ਉੱਧਰ ਜਾਣ ਦਾ ਸ਼ੋਪਿੰਗ ਦਾ ਵੀ ਤਾਂ ਕਰਕੇ ਅਸੀਂ ਲੇਟ ਹੋ ਗਏ ਐਰਕੀ ਤੇ ਅੱਜ ਸੋਚਿਆ ਆਪਾਂ ਨਾਲੇ ਰਵਿੰਦਰ ਦੀਦੀ ਆਏ ਸੀ ਉਹਨਾਂ ਨੇ ਵੀ ਮੇਰੀਆਂ ਸਿਸਟਰ ਦੇ ਕੋਲ ਜਾਣਾ ਸੀਗਾ ਤੇ ਕਹਿੰਦੇ ਕਿਉਂ ਨੀ ਅੱਜ ਆਪਾਂ ਜਾ ਆਉਂਦੇ ਹਾਂ ਤੇ ਨਾਲੇ ਉਹਨੂੰ ਲੋਹੜੀ ਦੇ ਆਉਂਦੇ ਹਾਂ ਤੇ ਆਪਾਂ ਲਏ ਆ ਕੁਛ ਉਹਦੇ ਵਾਸਤੇ ਗਿਫਟ ਨਾਲੇ ਤੁਹਾਨੂੰ ਮਿਲਾਉਂਦੇ ਉਹਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਪਤਾ ਕੀ ਆ ਮੈਨੂੰ ਹੋਰ ਕੁਛ ਨਹੀਂ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਇਹ ਹੁੰਦਾ ਕਿ ਮੈਂ ਉਹਦੇ ਕੋਲ ਜ਼ਰੂਰ ਜਾਵਾਂ ਕਿਉਂਕਿ ਤੁਹਾਨੂੰ ਪਤਾ ਹੀ ਆ ਜਿੱਦਾਂ ਮੰਮੀ ਵੀ ਨਹੀਂ ਹੈਗੇ ਤੇ ਬ੍ਰਦਰ ਵੀ ਹੈ ਨਾ 2 ਸਾਲ ਹੋ ਗਿਆ ਇੱਦਾਂ ਹੋਏ ਨੂੰ ਤੇ ਉਹ ਮੰਮੀ ਤੇ ਜਿਹੜਾ ਮੇਰਾ ਛੋਟਾ ਭਰਾ ਉਹ ਬੜੀ ਮਤਲਬ ਉਹਦੀ ਫਿਕਰ ਕਰਦੇ ਹੁੰਦੇ ਸੀ ਕਿ ਹਾਏ ਮੇਰੀ ਛੋਟੀ ਧੀ ਆ ਹੈ ਨਾ ਇਹਦਾ ਵਿਚਾਰੀ ਦਾ ਕੀ ਬਣੂਗਾ ਮਤਲਬ ਉਹਨਾਂ ਨੂੰ ਲੱਗਦਾ ਹੁੰਦਾ ਜੀ ਕਿ ਜਿੱਦਾਂ ਅਸੀਂ ਹੁਣ ਦੱਸਣਾ ਨਹੀਂ ਹੈਗਾ ਇਹਨੂੰ ਕਿਵੇਂ ਮਿਲਣਾ ਕਿ ਨਹੀਂ ਮਿਲਣਾ ਜਾਂ ਕੀ ਹਿਸਾਬ ਕਿਤਾਬ ਪਤਾ ਹੀ ਆ ਜਦੋਂ ਬੰਦਾ ਵਿਆਹਿਆ ਜਾਂਦਾ ਆਪੋ ਆਪਣੀਆਂ ਗ੍ਰਸਤੀਆਂ ਦੇ ਵਿੱਚ ਫਸ ਜਾਂਦਾ ਅਤੇ ਇੰਨਾ ਜਾਇਆ ਆ ਨਹੀਂ ਜਾਂਦਾ ਪਰ ਫਿਰ ਵੀ ਅਸੀਂ ਟਾਈਮ ਕੱਢ ਕੇ ਜ਼ਰੂਰ ਉਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਾ ਕੇ ਮਿਲ ਕੇ ਆਈਏ ਉਹਨੂੰ ਇਹ ਨਾ ਲੱਗੇ ਕਿ ਮੰਮੀ ਨਹੀਂ ਹੈਗੀ ਜਾਂ ਭਰਾ ਨਹੀਂ ਹੈਗਾ ਅਤੇ ਮੇਰੇ ਕੋਲ ਇਹਨਾਂ ਦਿਨਾਂ 'ਚ ਕੋਈ ਆਇਆ ਨਹੀਂ ਅਤੇ ਇਹਦੇ ਕਰਕੇ ਮੰਮੀ ਵੀ ਬੜਾ ਸਾਥ ਦਿੰਦੇ ਆ ਸਾਰੀ ਮੇਰੀ ਫੈਮਿਲੀ ਸਪੋਰਟ ਕਰਦੀ ਆ ਕਿ ਆਪਾਂ ਉਹਦੇ ਕੋਲ ਜ਼ਰੂਰ ਜਾਵਾਂਗੇ ਸਮਾਨ ਲੈ ਕੇ ਜਿੰਨਾ ਜਿੰਨਾ ਸਾਡੇ ਕੋਲ ਸਰਦਾ ਬਣਦਾ ਆਪਾਂ ਜ਼ਰੂਰ ਜਾਵਾਂਗੇ ਇੱਕ ਮਾਂ ਦਾ ਫਰਜ਼ ਨਿਭਾਉਂਦੇ ਆ ਮੰਮੀ ਵੀ ਅਤੇ ਮੈਂ ਇੱਕ ਵੱਡੀ ਭੈਣ ਦਾ ਫਰਜ਼ ਨਿਭਾਉਂਦੀ ਹਾਂ ਅਤੇ ਵਧੀਆ ਲੱਗਦਾ ਆ ਜਾਓ ਤੁਸੀਂ ਵੀ ਇੱਧਰ ਚੜ੍ਹਦੇ ਹੋ ਕੇ ਖਲੋ ਗਈ ਦੋਵੇਂ ਨਾਨਾ ਨਹੀਂ ਗੱਲ ਤੇ ਤਾਂ ਬਣਦੀ ਤਾਂ ਜਿਹੜੀ ਜੰਮੂ ਬਣਾ ਕੇ ਵੇਖੋ ਦੇ ਆਉਣ ਭੈਣ ਕੋ ਚੱਲੀ ਆ ਨਹੀਂ ਇਹ ਰੋਣੇ ਮੈਂ ਤਾਂ ਇੱਧਰ ਆ ਗਈ ਤੇ ਮੈਨੂੰ ਛਿੱਕਾਂ ਵੀ ਆ ਜਾਂਦੀਆਂ ਤੇ ਜਦੋਂ ਅਸੀਂ ਜਾਂਦੇ ਆ ਉਹ ਵੀ ਬੜੀ ਖੁਸ਼ ਹੁੰਦੀ ਆ ਮਾੜੀ ਜੀ ਵਿਚਾਰੀ ਹੈਗੀ ਆ ਇੱਕ ਤਾਂ ਉਦਾਂ ਪੋਰੀ ਕਰਾਰੀ ਬੜੀ ਉਦਾਂ ਉਹ ਗੱਲ ਝੱਟ ਮੂੰਹ ਤੇ ਮਾਰ ਦਿੰਦੀ ਪਰ ਅਸੀਂ ਗੁੱਸਾ ਨਹੀਂ ਉਹਦਾ ਕਰਦੇ ਅਸੀਂ ਕਹਿੰਦੇ ਮੇਰੇ ਵਰਗੀ ਮੇਰੇ ਸੁਭਾਅ ਵਰਗੀ ਜਿਹੜਾ ਜ਼ਿਆਦਾ ਉਹਨੇ ਬੋਲੀ ਜਾਣਾ ਵਾ ਤੇ ਮਸਤੀ ਜੀ 'ਚ ਰਹਿਣਾ ਵਾ ਗੁੱਸਾ ਵੀ ਨਹੀਂ ਕਰਦੀ ਹੈਗੀ ਕਰ ਵੀ ਲੈਂਦੀ ਆ ਕਰ ਵੀ ਲੈਂਦੀ ਆ ਪਰ ਫੇਰ ਵੀ ਚਲੋ ਆਪਾਂ ਸਾਰੇ ਜਾਣੇ ਉਹਨੂੰ ਵੀ ਕਹਿੰਦਾ ਕਿਹਾ ਜਾਤੇ ਹੋ ਹਾਂ ਗੁੱਸਾ ਕਰ ਵੀ ਲੈਂਦੀ ਆ ਨਹੀਂ ਵੀ ਕਰਦੀ ਕਿ ਜਿਹੜਾ ਗੁੱਸਾ ਕਰਕੇ ਝੱਟ ਮੰਨ ਵੀ ਜਾਣਾ ਨਹੀਂ ਜਾਂਦੀ ਆ ਨਿੱਕੀਆਂ ਭੈਣਾਂ ਸਰ ਚੁੰਡੀਆਂ ਵੀ ਲਾਡ ਲਈਆਂ ਵਾ ਪਹਿਲਾਂ ਮੈਨੂੰ ਇੰਨੀ ਗੱਲ ਦੱਸੋ ਤੁਸੀਂ ਦੋਵੇਂ ਜਣੀਆਂ ਇਹ ਕਿੰਨੇ ਕੀਤਾ ਇਹ ਕਾਰਾ ਅਸੀਂ ਦੋਨਾਂ ਨੇ ਓਏ ਤੇ ਚੱਲੀਏ ਫਿਰ ਚਲੋ ਚੱਲੀਏ ਫਿਰ ਆਪਾਂ ਮੇਰੇ ਸੋਹਣੇ ਸੋਹਣੇ ਗਿਫਟ ਲੈ ਆਏ ਸੀ ਉਹਨਾਂ ਲਈ ਜਗਰਾਜ ਵਿਚਾਰਾ ਮੈਂ ਮੈਨੂੰ ਮੰਮੀ ਕਹਿਣ ਡਿਆ ਪਿਆ ਸੀ ਕਹਿੰਦੇ ਹੈ ਹੀ ਸਾਰਾ ਕੁਝ ਤੁਸੀਂ ਜੇ ਹੁਣ ਜਗਰਾਜ ਦੁਨੀਆ ਤੇ ਹੈ ਨਹੀਂ ਜੇ ਅੱਜ ਉਹ ਹੁੰਦਾ ਤੇ ਉਹਨੇ ਬੜਾ ਖੁਸ਼ ਹੋਣਾ ਸੀ ਕਿਉਂਕਿ ਅਸੀਂ ਫਿਰ ਵੀ ਜਾਇਆ ਕਰਨਾ ਸੀ ਰਲ ਕੇ ਜਾਇਆ ਚੱਲ ਜਾਏਗਾ ਨਾ ਨਾਲ ਹੀ ਉਹਨਾਂ ਲੈ ਜਾਇਆ ਕਰਨਾ ਸੀ ਕਹਿੰਦਾ ਹੁੰਦਾ ਸੀ ਤੇ ਪਾਣੀ ਵਰਵਾਉਣਾ ਮੰਮੀ ਦੇ ਕਹਿੰਦੇ ਹੁੰਦੇ ਸੀ ਕਿ ਬੜੀ ਫਿਕਰ ਕਰਦੇ ਹੁੰਦੇ ਸੀ ਜਗਰਾਜ ਵੀ ਬੜੀ ਫਿਕਰ ਕਰਦਾ ਹੁੰਦਾ ਸੀ ਜੋ ਬੰਦੀ ਉਹਨੇ ਕਹਿਣਾ ਤੁਸੀਂ ਨਾ ਤੁਹਾਡੀ ਦੋਵਾਂ ਦੀ ਨੀ ਮੈਨੂੰ ਇੰਨੀ ਫਿਕਰ ਹੁੰਦੀ ਵੱਡਿਆਂ ਦੀ ਪਰ ਮੈਨੂੰ ਉਹਦਾ ਜ਼ਿਆਦਾ ਫਿਕਰ ਹੁੰਦਾ ਵਾ ਕੀ ਆ ਨਾ ਫਿਰ ਵੀ ਆ ਨਾ ਨਾਲੇ ਹੱਥੇ ਗਈ ਆ ਨਾ ਹਾਂ ਮੰਮੀ ਨੇ ਵੀ ਜੋਬ ਜੋਬ ਕਰਨਾ ਜਦੋਂ ਇਹ ਜ਼ਿਆਦਾ ਛੋਟੀ ਸੀ ਜਦੋਂ ਮੰਮੀ ਇੱਦਾਂ ਹੋਏ ਤੇ ਮੈਨੂੰ ਫਿਰ ਹੁੰਦਾ ਕਿ ਉਹਨਾਂ ਨੇ ਇੱਕ ਹਿਸਾਬ ਦੀ ਜ਼ਿੰਮੇਵਾਰੀ ਜੀ ਆ ਜਿੱਦਾਂ ਕਿ ਇਹਦੇ ਕੋਲ ਜ਼ਰੂਰ ਜਾਣਾ ਆਉਣਾ ਵਾ ਹੋਰ ਭਾਵੇਂ ਕਿਤੇ ਜਾਇਆ ਆਇਆ ਜਾਏ ਚਾਹੇ ਨਾ ਜਾਇਆ ਆਇਆ ਜਾਏ ਤੇ ਚਲੋ ਚਲੋ ਜਰਨ ਦੀ ਤੁਸੀਂ ਜ਼ਿੰਮੇਵਾਰੀ ਇਹਨਾਂ ਨੂੰ ਦਿੱਤੀ ਆ ਚਲੋ ਵਧੀਆ ਨਿਭਾਈ ਜਾਂਦੇ ਆ ਚਲੋ ਵਿਚਾਰਾ ਮਹਾਰਾਜ ਜੋ ਹਨ
ਚਲੋ ਚਲੀਏ ਫਿਰ, ਚਲੋ ਲਓ ਜੀ ਆਪਾਂ ਪਹੁੰਚ ਗਏ ਘਮਾਣੀ। ਇੱਧਰ ਹੋ ਜਾਓ, ਗੱਡੀਆਂ ਬੜੀ ਸਪੀਡ 'ਚ ਜਾਣ ਡੀਆਂ ਜੀ। ਜੰਬੇ ਵਾਲਿਆਂ ਦੇ ਕਲਾਥ ਹਾਊਸ ਚ ਵੇਹਨੇ ਆ, ਕੀ ਆਉਂਦਾ ਪਸੰਦ ਹੈ? ਚਾਰ ਸਾਲ ਦੇ ਨੂੰ ਆ ਜਾਣਾ, ਆਹੀ ਕਰ ਦੋ ਭਾਜੀ। ਹੋਰ ਦੱਸੋ, ਬਸ ਹੋਰ ਰੰਗ ਕੱਢਾ। ਹਾਂਜੀ, ਜਦੋਂ ਆਪਾਂ ਟੋਕਰੀ ਨਹੀਂ ਲੱਭਣ ਦੀ, ਟੋਕਰੀ ਦੋ ਤਿੰਨ ਲੱਭ ਤਾਂ ਗਈ ਹੈ। ਚਲੋ ਫਿਰ ਕਰ ਦਿਓ, ਇਹਦੇ ਵਿੱਚ ਕੁਝ ਚੈੱਕ ਕਰ ਦਿਓ। ਇਹ ਛੇ ਪਹਿਲਾਂ ਪਾ ਦਈਏ, ਦੋ ਗੱਲ ਬਣਾ ਛੇ ਦੋ ਗੱਲ ਜੀ। ਬਹੁਤ ਸੋਹਣੀ ਟੋਕਰੀ ਹੈ, ਚੁੱਕੀ ਜਾ ਭਾਰੀ ਮੰਮੀ ਨੂੰ ਛੱਡ ਜਾਂਦੇ ਦੁਕਾਨ ਤੇ। ਹੈਪੀ ਸਕੂਲ ਚਲੋ ਜੀ, ਸ਼ਗਨ ਵਾਲੀ ਟੋਕਰੀ ਲੈ ਕੇ ਦਿਲਪ੍ਰੀਤ ਨੂੰ ਦੇ ਦੋ, ਦਿਲਪ੍ਰੀਤ ਨੂੰ ਚਖਾ ਦੋ, ਦਿਲਪ੍ਰੀਤ ਨੂੰ ਦੇ ਦੋ ਸ਼ਗਨ, ਸ਼ਗਨ ਦਿਲਪ੍ਰੀਤ ਦਊਗਾ। ਚਲੋ 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 ਚਲੋ
ਆਓ ਭਗਤ ਹੋਣ ਦੀ ਆ ਸਾਹਿਬ ਕਹਿਣ ਦਾ ਮੈਂ ਖਾਣਾ ਹੀ ਕੁਛ ਸਾਹਿਬ ਨਹੀਂ ਸਾਹਿਬ ਜੀ ਸਾਹਿਬ ਜੀ ਤੁਸੀਂ ਖੱਟੇ ਰੰਗ ਦਾ ਸੂਟ ਸਵਾਇਆ ਇਹਨੂੰ ਖੱਟੇ ਰੰਗ ਦਾ ਮੈਂ ਤੁਸੀਂ ਖੱਟੇ ਰੰਗ ਦਾ ਸਵਾਇਆ ਨਾ ਸੂਟ ਐਸੇ ਰੰਗ ਦਾ ਸਵਾਇਆ ਅੱਜ ਖਾ ਕੇ ਦੇ ਫਿਰ ਲੱਭ ਗਿਆ ਲੱਭ ਗਿਆ ਭੈਣੇ ਤੇਰਾ ਫੋਨ ਸੋਫੇ ਦੇ ਵਿੱਚੋਂ ਮੈਂ ਕਿਹਾ ਮੈਂ ਵੀ ਗਾੜੀ ਸੱਸ ਪ੍ਰਧਾਨ ਦੀ ਕੁੜੀ ਸੀ ਮੈਂ ਵੀ ਛੱਡਣੀ ਸੀ ਕੋਈ ਵੀ ਚੀਜ਼ ਜਿੰਨਾ ਤੱਕ ਮੇਰਾ ਫੋਨ ਨਾ ਲੱਭਦੀ ਆਪਣਾ ਫੋਨ ਆਪਣਾ ਆਪਣੇ ਸਮਾਨ ਦੀ ਸਵਾਰੀ ਆਪ ਜ਼ਿੰਮੇਵਾਰ ਹੁੰਦੀ ਆ ਲਿਖਿਆ ਹੁੰਦਾ ਨਾ ਬੱਸਾਂ ਦੇ ਵਿੱਚ ਮੋਟਾ ਮੋਟਾ ਕਰਕੇ ਲਿਖਿਆ ਦੇ ਨਾ ਪਰ ਇੱਥੇ ਆਪਾਂ ਪ੍ਰਾਹੁਣੇ ਆਏ ਸੀ ਨਾ ਫਿਰ ਹਾਂ ਵੇ ਹੈਪੀ ਟੂ ਬਿਲਡਿੰਗ ਗਈ ਓਏ ਆ ਗਿਆ ਓਏ ਆ ਗਿਆ ਹੈਪੀ ਸਿੰਘ ਆ ਮੁੰਡਿਆ ਕੀ ਹਾਲ ਚਾਲ ਨੇ ਤੇਰੇ ਠੀਕ ਠਾਕ ਆ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਵਧੀਆ ਹੋਰ ਇਹ ਕਿੱਡੀ ਸੋਹਣੀ ਲੋਈ ਦੀ ਬੁੱਕਲ ਮਾਰ ਕੇ ਜਾਂਦਾ ਈ ਮੁੰਡਾ ਜਵਾਨ ਹੋ ਗਿਆ ਵਾ ਪਲੱਸ ਟੂ ਚ ਪੜਦਾ ਮੁੰਡਾ ਪਲੱਸ ਟੂ ਚ ਪੜਦਾ ਤੇ ਆਹ ਮੁੰਡਾ ਕਿੰਨਵੀਂ ਚ ਪੜਦਾ ਤੇ ਇਹ ਵੀ ਮੁੰਡਾ ਜਵਾਨ ਹੋ ਗਿਆ ਹੈ ਨਾ ਆਂਦਾ ਨਹੀਂ ਵੇਖਲਾ ਤੈਨੂੰ ਉਡੀਕਣ ਡੇ ਪਤਾ ਕਿੰਨੇ ਚਿਰ ਦੇ ਪਟੋਲੇ ਜਾਂਦਾ ਵਾ ਨਾ ਹੱਟ ਕੇ ਜਾਣਾ ਜਰੂਰ ਆ ਇਹ ਨਾਲ ਆਪਣੀ ਟੋਲੀ ਵੀ ਖੜਨੀ ਆ ਫਿਰ ਮੈਂ ਬਹੁਤਾ ਨੀ ਜ਼ੋਰ ਲੈਣੀ ਨੀ ਮੈਂ ਚੱਲ ਕੋਈ ਨੀ ਅਸੀਂ ਵੀ ਜਿੱਦਾਂ ਕੁੜੀਆਂ ਕੁੜੀਆਂ ਰਹਿੰਦੀਆਂ ਹੁੰਦੀਆਂ ਅਸੀਂ ਏਦਾਂ ਜੀ ਕਰਦਾ ਚੱਲ ਮਿਲ ਕੇ ਲਾਉਂਦਾ ਜਾ ਕੇ ਹੈਲੋ ਕਰੋ ਵੀਰੇ ਨੂੰ ਹੈਲੋ ਕਰੋ ਹੈਪੀ ਵੀਰ ਨੂੰ ਹੈਪੀ ਹੈਲੋ ਕਰੀ ਹੈਲੋ ਕਰ ਦੋ ਗੁਰਸਾਹਿਬ ਆ ਭਰਾਵਾ ਚੱਲ ਆ ਜਾ ਚਲੋ ਆ ਗਿਆ ਪਹਿਲਾਂ ਵੇਖ ਲੋ ਇੱਧਰ ਕਾਲੀ ਗੱਡੀ ਕਾਲਾ ਕੁੱਤਾ ਆਏ ਆ
ਭੁੜਕਣ ਦੇ ਆਲੇ ਦੁਆਲੇ ਤੂੰ ਮਾਸੀ ਨੂੰ ਮਿਲਿਆ ਨੀ ਵਾ, ਤੂੰ ਸਾਸੀ ਕਾਲ ਨੀ ਪਾਈ ਵਾ, ਕਹਿੰਦਾ ਨੂੰ ਨੀ ਆਂਦਾ ਕਰਨ ਸਕੂਲ ਉਹ ਭੈਣ ਜੀ ਤੁਸੀਂ ਕਿਉਂ ਇੰਨੀ ਖੇਚਲ ਕਰਦੇ ਪਏ ਜੀ? ਬਸ ਖੇਚਲ ਕਰਦੀ ਭੈਣਾਂ ਕਿਹੜੀਆਂ ਚਾਰੀਆਂ ਰੋਜ਼ ਤੁਰੀਆਂ ਰਹਿੰਦੀਆਂ। ਅੱਜ ਭੈਣ ਸੋਹਣੀ ਕਿੰਨੀ ਲੱਗਣ ਦੀ ਹੈ, ਬਿੰਦੀ ਲਾਈ ਕਿ ਸੋਹਣਾ ਲੱਗਣ ਦੇ ਨਾ, ਉਦਾਂ ਨਹੀਂ ਤੇ ਬਿੰਦੀ ਘੱਟ ਲੱਗ ਜਾਂਦੇ ਆ ਤੁਸੀਂ। ਮੈਂ ਵੀ ਜਿਵੇਂ ਘੱਟ ਲੱਗਦੀ ਹੈ, ਹੈ ਉਹ ਘੱਟ ਲੱਗਦੀ ਹੈ ਭਾਬੀ ਵੀ ਬਹੁਤ ਘੱਟ ਲੱਗਦੀ ਬਿੰਦੀ, ਥੋੜੀ ਥੋੜਾ ਜਿਹਾ ਸਾਈਜ਼ ਵੱਡਾ ਕਰ ਲਓ ਬਿੰਦੀ ਦਾ। ਨਹੀਂ ਸੋਹਣਾ ਆ ਗਿਆ ਵੱਡਾ ਵੀ, ਇਹ ਕੋਈ ਛੋਟੀ ਜਿਹਾ ਪਸੰਦ ਨਹੀਂ। ਉਹਦਾ ਵੀ ਮਹਾਰਾਜ ਸੋਖਰ ਤੇ ਰਹਿੰਦੀ ਸੀ, ਇਹ ਤੇਰੀ ਸਹੀ ਹੈ। ਹਾਂ ਆਹੋ ਹੈ ਸੁੱਚੀ, ਉਂਝ ਵੀ ਇਹਦੀ ਕੋਟੀਆਂ ਕੱਟੀਆਂ ਤੇ ਵੀ ਲੱਗਣ ਦੀ ਹੈ ਨਾ। ਨਹੀਂ ਨਹੀਂ ਮੂੰਹ ਦਾ ਵੀ ਫਰਕ, ਹਾਂ ਉਹਦੇ ਤੇ ਫਰਕ। ਨਹੀਂ ਮੈਨੂੰ ਬੜਾ ਜਾਣ ਕਿਹਾ, ਸਕੂਲ ਵੀ ਬੜਾ ਜਾਣ ਕਿਹਾ ਆਪਣੇ। ਲੈ ਕੇ ਆ ਲੈ ਆਪਾਂ ਅਟਕਾ ਲਾ ਲਈਏ ਨਜ਼ਰ ਨਾ ਲੱਗਦੀ। ਆਹੋ ਮੇਰੀ ਗੱਲ ਸੁਣੋ, ਆਪਾਂ ਕੀ ਭਲਾ ਕਿੰਨੇ ਟਾਈਮ ਬਾਅਦ ਆਏ ਜੀ, ਵੇਖਿਓ ਹੁਣ ਇਹਨਾਂ ਨੇ ਚੰਗੇ ਮਹੀਨੇ ਗਏ ਇੰਨੇ ਵਿੱਚ ਤਿੰਨ ਪਾਰਟੀ ਦਾ ਸੁਧਿਆ ਹੀ ਸ਼ਾਇਦ ਹਨਾ, ਮੇਰੀ ਭੈਣਾਂ ਜਦੋਂ ਵੀ ਆਉਣ ਨਾ ਮੇਰਾ ਹੈਲਪ ਬੜਾ ਕਰਾਉਂਦੀ, ਜੇ ਮੇਰੀ ਵੱਡੀ ਸਿਸਟਰ ਆ ਉਹ ਵੀ ਬਹੁਤ ਹੈਲਪ ਕਰਾਉਂਦੀ, ਜੇ ਮੇਰੀ ਨਿੱਕੀ ਸਿਸਟਰ ਆਉਂਦੀ ਉਹ ਵੀ ਇੱਕ ਮੈਂ ਨਹੀਂ ਕਰਾਉਂਦੀ। ਮੈਂ ਕਹਿ ਦਿੰਦੀ ਪਰ ਮੈਂ ਸੱਚੀ ਭਾਬੀ ਕੰਮ ਕਰਾਉਂਦੀ ਹਾਂ। ਲੂਣ
ਚਲੋ ਮੱਥਾ ਟੇਕੀਏ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਸਿਮਰੋ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨ ਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਈ ਤਦ ਆਪੇ ਸਿਰ ਸਭ ਹੋਈ ਜਨ ਮਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਆਪ ਕਿੱਧਰ ਕਿੱਧਰ ਫਿਰਦੀ ਰਹਿੰਦੀ ਆ ਹੈ ਹਾਂਜੀ ਹਾਂਜੀ ਮੈਂ ਹੁਣ ਆ ਗਿਆ ਦੀਦੀ ਠੀਕ ਹੋ ਕੋਲੇ ਗੁਰੂ ਸਾਹਿਬ ਦੱਸੂਗਾ ਮਾਸੀ ਨੂੰ ਮਾਮੀ ਜੀ ਨੂੰ ਰਾਵੀ ਚਾਲ ਬਣੇ ਸੋਹਣੇ ਨਿਕਲਣ ਛੱਕੀ ਜਾਣੇ ਬਸ ਉਹਨੂੰ ਛੱਕੀ ਜਾਣੇ ਹਨਾ ਸਵਾਦ ਬੜੀ ਬਣੇ ਜੇ ਪਕੌੜੇ ਦਾ ਭਾਬੀ ਉਹ ਜਾਈਏ ਤੇ ਸਪੀਡ ਨਾਲ ਨਿਕਲ ਡੇ ਜੇ ਇੰਨਾ ਨਿਕਲਣ ਡੇ ਹਨਾ ਮੈਂ ਉਹਨੂੰ ਕਹਿਣ ਡਈ ਚੁੱਲ੍ਹੇ 'ਚ ਅੱਗ ਬਾਲ ਤੇ ਚੁੱਲ੍ਹੇ ਤੇ ਕੱਢੀਏ ਉਹ ਮੈਨੂੰ ਆਂਦੀ ਇੱਥੇ ਵੇਖੀ ਸਾਰੀਆਂ ਚੀਜ਼ਾਂ ਬਣ ਸਕਦੀਆਂ ਨੇ ਹਨਾ ਜ਼ਰੂਰੀ ਨੀ ਕਿ ਗੈਸ ਹੀ ਬਲਦਾ ਸਹੀ ਗੱਲ ਹੈਗੀ ਉਤਰੋ ਵਰਤੋ ਵਾਕੇ ਵਾਕੇ ਵੇਖਿਆ ਗੈਸ ਹੰਡ ਹੋਣੀ ਹੈ ਮਾਣ ਆ ਮੈਨੂੰ ਨਹੀਂ ਨਹੀਂ ਭੈਣ ਜੀ ਸਬਜ਼ੀ ਆ ਨਾ ਰੋਟੀ ਪਾਣੀ ਸਭ ਮੈਂ ਇੰਡਕਸ਼ਨ ਤੇ ਕਰਦੀ ਹਾਂ ਗੈਸ ਬਹੁਤ ਘੱਟ ਇਧਰ ਇਹ ਦੋ ਭੈਣਾਂ ਉਧਰ ਆਪਾਂ ਦੋ ਭੈਣਾਂ ਆਸੇ ਪਾਸੇ ਖਲੋਤੀ ਇਹਨਾਂ ਨੂੰ ਸੈਂਟਰ ਚ ਬਣਾ ਕੇ ਇਹਨਾਂ ਸੈਂਟਰ ਤੇ ਲੱਗੀ ਤੁਸੀਂ ਕੌਣ ਮੈਂ ਇਹਦਾ ਵੱਡਾ ਵੱਡੀ ਭੈਣ ਤੁਸੀਂ ਕੌਣ ਮੈਂ ਇਹਦੀ ਨਿੱਕੀ ਭੈਣ ਤੁਸੀਂ ਮੈਨੂੰ ਪੁੱਛੋ ਤੁਸੀਂ ਦੋਵੇਂ ਕੌਣ ਮੈਂ ਇਹਦੀ ਵੱਡੀ ਭੈਣ ਤੁਸੀਂ ਕੌਣ ਮੈਂ ਇਹਦੀ ਛੋਟੀ ਭੈਣ ਤੁਸੀਂ ਦੋਵੇਂ ਕੌਣ ਅਸੀਂ ਭੈਣਾਂ ਭੈਣਾਂ ਅਸੀਂ ਭੈਣਾਂ ਭੈਣਾਂ ਜਿਸਨੇ ਰਲ ਕੇ ਪਾਇਆ ਗਹਿਣਾ ਪਕੌੜਿਆਂ ਦਾ ਚਲੋ ਦੀਦੀ ਕਾਦੋ ਹਾਂ ਕਿੱਥੇ ਗਾ ਕੇ ਭਾਜੀ ਮੈਨੂੰ ਮੇਰੇ ਸਾਹ ਨੂੰ 15-20 ਮਿੰਟ ਹੋ ਗਏ ਜਦੋਂ ਮੈਂ ਪੁੱਛਦੀ ਹਾਂ ਕਿੱਥੇ ਗਾ ਕੇ ਇੱਥੇ ਹੀ ਆ ਗਏ ਇੱਥੇ ਹੀ ਆ ਗਏ
ਪੰਜਾਬੀਆਂ ਦੀ ਭਾਸ਼ਾ ਹੀ ਇਹ ਹੁੰਦੀ ਆ ਨਾ, ਕੋਈ ਨੀ ਆ ਇੱਥੇ ਕਿ ਜਾਈ ਆ ਭਰਾਵਾ ਨਾਕਾ ਲੱਗ ਗਿਆ ਚੱਗੇ ਕਿਹਦੇ ਨਾਲ ਜਾਈਏ ਧਿਆਨ ਨਾ, ਨਹੀਂ ਅਸੀਂ ਜਾਣਾ ਵਾ ਰਵਿੰਦਰ ਵਿੱਕੀ ਨਾਲ ਜਾਣਾ ਵਾ ਮੰਮੀ ਨਾਲ, ਧਿਆਨ ਨਾਲ ਮੰਮੀ ਪਰਸ ਰੱਖ ਲੋ, ਕੋਈ ਨੀ ਲੈ ਚੱਲਿਆ ਤੁਹਾਡਾ ਪਰਸ ਆ ਵੇਖ ਲਾਂਗੇ ਤੇ ਛੋਟਾ ਤੇ ਨੀ ਹੈ, ਛੋਟਾ ਤੇ ਵਟਾ ਲਾਂਗੇ ਵਟਾ ਲਾਂਗੇ, ਸਾਨੂੰ ਲੱਗਣ ਡਿਆ ਸੀ ਜਿੱਦਾਂ ਨਿੱਕਾ ਨਾ ਹੋਵੇ, ਇਹ ਛੋਟਾ ਵਾ ਛੋਟਾ ਹੋਊਗਾ ਤੇ ਆਹ ਪਾ ਲੇਗਾ ਤੇ ਛੋਟਾ ਵਾ ਨਾਲ ਲਾ ਕੇ ਵੇਖ ਉਹਨਾਂ ਨੂੰ ਅੰਦਰ ਵੀਡੀਓ ਵੇਖਣ ਡੇ ਸਾਡੀਆਂ, ਸਮਝਦਾ ਤੂੰ ਇਹਦੇ ਨਾਲ ਆ ਦੋਵੇਂ ਸੂਟ ਦੋਵੇਂ ਨਾਲ ਆਪਣਾ ਸੂਟ ਤੇ ਵੇਖ ਖੋਲ ਕੇ ਬਾਅਦ ਚ ਫੇਰ ਆਨੀ ਹੁੰਦੀ ਆ, ਰੰਗ ਇਦਾਂ ਦਾ ਵਾ ਚੁੰਨੀ ਲੈ ਉੱਤੇ ਹੋਰ ਫੁੱਟ ਫੁੱਟ ਪਊਗੀ ਹੁਣ ਪੁੱਠੀ ਅੱਗ ਨੀ ਲੈ ਲਈ ਸਿੱਧੀ ਲਈ ਆ ਲੈ, ਸੋਹਣੀ ਲੱਗਦੀ ਬਹੁਤ ਸੋਹਣੀ ਲੱਗਦੀ, ਉਧਰ ਪੁੱਛ ਉਹਨਾਂ ਨੂੰ ਸਲਵਾਰ ਰੈਡ ਵਾ, ਸਲਵਾਰ ਰੈਡ ਵਾ ਤੇ ਸ਼ਰਟ ਹਾ ਵਾ ਹਾਂ ਹਾਂ ਸੋਹਣਾ ਵਾ ਰੰਗ, ਚੱਲ ਉਹ ਆਪਣੇ ਆਪਣੇ ਘਰ ਵਾਲੇ ਦੀ ਵੀ ਜੈਕਟ ਵੇਖ ਲਾ ਕਲਰ ਵਧੀਆ ਸਕਿਨ ਆ ਭਾਈ ਇਹਦੀ ਵੀ ਜੈਕਟ ਵੇਖ ਲਾ, ਮੈਂ ਕਿਹਾ ਇਹੋ ਜਿਹੀ ਰੰਗ ਪਸੰਦ ਆ, ਨਹੀਂ ਆਹ ਕਲਰ ਹੋਣਾ ਸੋਹਣਾ, ਕੋ ਵੈਸੇ ਨੇਵੀ ਬਲੂ ਤੇ ਜ਼ਿਆਦਾ ਆਉਂਦੇ ਆ ਹੂੰ, ਆ ਜੀ ਹਾਂਜੀ ਉਹ ਨਹੀਂ ਡਾ ਉਹਨਾਂ ਨੇ ਬਣਾ ਕੇ ਚੈੱਕ ਕਰ ਲੈਣੀ ਪਾ ਕੇ, ਜੇ ਨਾ ਹੋ ਨਾ ਤੇ ਕਮਾਣਾ ਤੋਂ ਹੀ ਲਿਆਉਂਦੀ ਆ ਉਹ ਤੋਂ ਵਾਪਸ ਕਰਨੀ ਤੇ ਬਿੱਲ ਲੈ ਲਓ ਤੇ ਜੇ ਬਾਈ ਚਾਂਸ ਵਾਪਸ ਕਰਨੀ ਹੋ ਜੀ ਖੁੱਲੀ ਪੀੜੀ ਆ ਆ ਲਿਫਾਫੇ ਵਾਲੀ ਹਾਂ ਰੈਡੀਮੇਡ ਸਟੋਰ ਨਾ ਉਹਦਾ ਕੀ ਹੀ ਵੀਡੀਓ ਬਣਾਈ ਆਪਾਂ ਉਹਦੀ ਦੁਕਾਨ ਦੀ ਲੋੜ ਨੀ ਪੈਣੀ ਆ ਹੀ ਜਾਣੀ ਆ ਹਨਾ
ਆਣੀ ਦੇ ਨਾ ਆਏ ਕਿ ਨਹੀਂ ਨਾ ਆਏ ਨਹੀਂ ਨਹੀਂ ਇਹ ਹੋਈ ਆ ਲਫਾਫਾ ਇਹੋ ਹੀ ਆ ਬਾਈ ਚਾਂਸ ਜੇ ਕਰਨੀ ਵੀ ਹੋਏਗੀ ਚੱਲ ਵਧੀਆ ਭੈਣੇ ਤੂੰ ਖੁਸ਼ ਚਾਹੀਦੀ ਹਨਾ ਵੀ ਪਰ ਜੇ ਇੱਕ ਭਰਾ ਲੋਹੜੀ ਲੈ ਕੇ ਆਉਣਾ ਉਹਦੇ ਨਾਲ ਮਨ ਨੂੰ ਬਹੁਤ ਖੁਸ਼ੀ ਮਿਲਦੀ ਆ ਪਰ ਫਿਰ ਵੀ ਚਲੋ ਰੱਬ ਨੂੰ ਸਾਡੇ ਵਿੱਚ ਨਹੀਂ ਰਹਿਣ ਦਿੱਤਾ ਪਰ ਭੈਣਾ ਮੇਰੇ ਨੇ ਫਿਰ ਵੀ ਬਹੁਤ ਸਾਥ ਦਿੱਤਾ ਮੇਰਾ ਤੇ ਆ ਕੋਈ ਨੀ ਤੇਰੀ ਮਾਂ ਹੀ ਆ ਉਹ ਤੇਰਾ ਭਰਾ ਹੀ ਆ ਹੈ ਸਾਰੇ ਭੈਣ ਭਰਾ ਮੇਰੀ ਮਾਂ ਤੋਂ ਵੱਧ ਕੀ ਆ ਆ ਤੇਰੀਆਂ ਭੈਣਾਂ ਅਸੀਂ ਤਾਂ ਪਹਿਲਾਂ ਵੀ ਜਾਣਦੇ ਸੀ ਇੱਕ ਦੂਜੇ ਨੂੰ ਜਦੋਂ ਵਿਆਹ ਵੀ ਨਹੀਂ ਹੋਇਆ ਆਪਾਂ ਕਿੱਥੇ ਮਿਲੇ ਸੀ ਪਹਿਲਾਂ ਆਨੰਦਪੁਰ ਸਾਹਿਬ ਸਾਰੀਆਂ ਕੁਆਰੀਆਂ ਆਹੋ ਮੰਮੀ ਦੀਆਂ ਤਿੰਨ ਕੁੜੀਆਂ ਚੌਥੀ ਨੋ ਚਲੋ ਬੜਾ ਮਜ਼ਾ ਆਉਂਦਾ ਇੱਥੇ ਆਣ ਕੇ ਨੋ ਤੁਹਾਡੀ ਚੰਗੀ ਆ ਸੇਵਾ ਕਰਦੀ ਆ ਕੰਮ ਕਰਦੀ ਆ ਨਹੀਂ ਤੇ ਹੁਣ ਹੁਣ ਦੱਸ ਦੋ ਨਹੀਂ ਤੇ ਅਸੀਂ ਕੰਨ ਖਿੱਚ ਜੀਏ ਚਲੋ ਵਧੀਆ ਰਲ ਮਿਲ ਕੇ ਹੀ ਚਾਹੀਦਾ ਹੋਰ ਸਾਰੇ ਜਾਣੇ ਇੱਕ ਦੂਜੇ ਦਾ ਸਾਥ ਦੋ ਤੇ ਫੇਰ ਹੀ ਹੁੰਦੇ ਗੱਲਬਾਤ ਹੈਨਾ ਲੈ ਜੋ ਪ੍ਰੀਤੀ ਕਿੰਨੀ ਸੋਹਣੀ ਲੱਗੀ ਚੁੰਨੀ ਲੱਗੀ ਨਾ ਵੀ ਕੱਲ ਦੁਕਾਨ ਦੇ ਤੇ ਪਸੰਦ ਨਹੀਂ ਸੀ ਹੁੰਦੇ ਸੀ ਸੂਟ ਸੋਹਣਾ ਲੱਗਣ ਡਿਆ ਆ ਗਏ ਜੀਜਾ ਜੀ ਆ ਗਏ ਗੱਡੀ ਗੱਡੀ ਆਈ ਹੋਣੀ ਹੈ ਨਾ ਉਹਦੇ ਵੱਲ ਵੀ ਉਹਦਾ ਦਿਲ ਬੇਈਮਾਨ ਹੋਣ ਡਿਆ ਮੈਂ ਇਹਨੂੰ ਕਦੇ ਤਾਂ ਕਹਿਣ ਡਿਆ ਵਾਂ ਕਿ ਭਾਪੇ ਆਪਣੇ ਨੂੰ ਫੋਨ ਲਾ ਤੇ ਕਹਿ ਲਾ ਲੇ ਬੈਗ 'ਚ ਕੱਪੜੇ ਪਾ ਲੇ ਅਭੀ ਕੀ ਨਾ ਵੀ ਹੋ ਗਿਆ ਕੱਲ ਪਤਾ ਨਹੀਂ ਲਗਾਤਾਰ ਹੀ ਆਏ ਨੇ ਆਏ ਆਏ ਹਾਏ ਮੈਂ ਵੀ ਆਪਣੀ ਲਹਿੰਗੇ ਦੇ ਕੱਪੜੇ ਪਾਵਾਂਗੀ ਕੱਲ ਨੂੰ ਮਾਰਨਾ ਇੱਕ ਚੁੰਨੀ ਜਿੰਨੀ ਲਿਆ ਕੇ ਦਿੱਤੀ ਸਾਰਾ ਟੱਬਰ ਲੈ ਲਾ ਹੁਣ ਵੇਖ ਲਿਆ ਸੋਹਣੀ ਇੱਕ ਚੀਜ਼ ਵੇਖੀ ਹੋ ਚੁੰਨੀ ਹੈ ਬੜੀ ਵੇਚਦੀ ਹੋ ਵੇਚ ਜੀ ਦੀ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਇੱਥੇ ਹੀ ਨਹੀਂ ਕਰਦੇ ਸੀ ਨਾ ਇੱਥੇ 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 ਸਤਿ ਸ਼੍ਰੀ ਅਕਾਲ ਭਾਜੀ ਪਾ ਲਾ ਕੇ ਉਹ ਤਾਂ ਫਿਰ ਚਲ ਕੇ ਚਲ ਜਾਂਦਾ ਇਹ ਜਦੋਂ ਜਦੋਂ ਬੱਚੀ ਇੱਥੇ ਹੀ ਆ ਇੱਥੇ ਕੀ ਕਰਦੇ ਕਾਗਜ਼ ਹੀ ਪੂਰੇ ਕਰ ਕਰਾ ਦੇ ਹੋਰ ਭਾਜੀ ਠੀਕ ਠਾਕ ਹੈ ਸਾਰੇ ਨੂੰ ਕੰਮ ਤੋਂ ਵੀ ਵਾਲਿਆ ਭਾਜੀ ਦਾ ਗਿਫਟ ਕਰ ਭਾਜੀ ਸਹੀ ਗੱਲ ਮੈਂ ਹੈ ਜੇ ਮੈਂ ਐਰਗੀ ਭਾਜੀ ਗਿਫਟ ਨਾ ਲੈ ਕੇ ਗਈ ਮੇਰੇ ਘਰ ਵਾਲੇ ਚੈੱਕ ਕਰ ਲੈਣੇ ਭਾਜੀ ਚੈੱਕ ਕਰ ਲਓ ਨਾ ਇਹਨਾਂ ਬਾਅਦ ਚੋਂ ਚੇਂਜ ਚੂੰਜ ਨਾ ਕਰਨਾ ਪਵੇ ਭਾਜੀ ਸਰ ਅਸਲ ਚ ਭਾਜੀ ਸ਼ਰਮ ਆ ਗਏ ਆ ਵੇਖੋ ਸਾਰੇ ਬੰਦੇ ਵੀ ਆ ਤੁਸੀਂ ਸ਼ਰਮ ਆ ਜਾਂਦੇ ਇੱਕ ਕੁੜੀਆਂ ਹੁੰਦੀਆਂ ਹੁਣ ਤੋਂ ਕਿਹੜੀ ਸੋਹਣੀ ਲੱਗਣ ਡੀ ਆ ਭਾਈਆ ਭਾਈਆ ਹੋ ਗਿਆ ਹੁਣ ਹਾਂਜੀ ਦੱਸੋ ਮੈਂ ਆਪਣੀ ਚੁੰਨੀ ਨਹੀਂ ਦੇਣੀ ਅੱਛਾ ਤਾਂ ਕਰ ਲਾ ਇਹ ਆਲਾ
ਮੈਂ ਕਿਹਾ ਭਾਜੀ ਤੇ ਵੱਡੇ ਭਾਜੀ ਹੁਣਾਂ ਦੀ ਸੇਮ ਸੇਮ ਜੇ ਹੈ ਨਾ ਦੋਨੋਂ ਭਾਜੀ ਹੈ ਨਾ ਦੇਖਿਆ ਨਹੀਂ ਪਤਾ ਨਹੀਂ ਨਾ ਕਿ ਮੈਨੂੰ ਤੇ ਪਛਾਣ ਆ ਮੇਰੇ ਵੱਲੋਂ ਕਹਿੰਦੇ ਸੀ ਉਹਨਾਂ ਵੱਲੋਂ ਨਹੀਂ ਜਾਣਦੇ ਮਾਸੀ ਜੀ ਸਾਰੇ ਨੂੰ ਕਹੋ ਇਕੱਠੇ ਆਯੋ ਮੈਂ ਤਾਂ ਕਹਿਣ ਦੀ ਸਾਰੇ ਜਾਣੇ ਆਯੋ ਆਜੋ ਚਲੋ ਆਜੋ ਚੱਲੀਏ ਸਗੋਂ ਤਿੰਨ ਘਲੋਤੀਆਂ ਬਾਅਦ ਚਲੋ ਜਾ ਕੇ ਤੈਨੂੰ ਹੋਣ ਸਬਜ਼ੀ ਬਣਾਉਣ ਦੋਨੇ ਆ ਨਾ ਤੂੰ ਮੇਰੇ ਕੋਲ ਪਕੌੜੇ ਬਣਵਾਏ ਆ ਨਾ ਚਲੋ ਜਾ ਕੇ ਆਟਾ ਗੁੰਨੇ ਕੀ ਕਰਨਾ ਤਾਂ ਸਬਜ਼ੀ ਬਣਾਉਣੀ ਤਾਂ ਟੰਡੇ ਪਨੀਰ ਦੀ ਸਬਜ਼ੀ ਨਾਲ ਗੋਭੀ ਬਣੀ ਬਾਕੀ ਦੂਜੀ ਗੱਲ ਸਾਨੂੰ ਇੱਕ ਹੋਰ ਚੀਜ਼ ਦਾ ਵੀ ਫਾਇਦਾ ਹੋਣਾ ਨਾ ਪਕੌੜਿਆਂ ਨੂੰ ਤਾਂ ਆਪਾਂ ਸਾਰੇ ਜੀ ਰੱਜੇ ਹੀ ਆ ਚਲੀਏ ਫਿਰ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੋਈ ਨੀ ਫੇਰ ਕਿਸੇ ਦਿਨ ਆਵਾਂਗੇ ਹੁਣ ਬੱਚਿਆਂ ਦੇ ਕੱਪੜੇ ਨੀ ਨਾਲ ਲੈ ਕੇ ਆਏ ਕੋਈ ਨੀ ਆਵਾਂਗੇ ਫਿਰ ਰਾਤ ਰਹਿੰਦੇ ਕੋਈ ਨੀ ਕੋਈ ਨੀ ਕਿਤੇ ਰਵਾਂਗੇ ਫਿਰ ਹੈ।